ਪਿੰਡ ਦਮੂਲੀਆਂ ਦੇ ਕਿਸਾਨ ਦੀ ਸਪਰੇ ਵਾਲਾ ਚਾਰਾ ਖਾਣ ਦੇ ਨਾਲ ਦੋ ਗਾਵਾਂ ਦੀ ਹੋਈ ਮੌਤ। ਪੀੜਤ ਕਿਸਾਨ ਨੇ ਮੰਡੀ ਬੋਰਡ ਨੂੰ ਠਹਿਰਾਇਆ ਜ਼ਿੰਮੇਵਾਰ। ਬਲਾਕ ਨਡਾਲਾ ਦੇ ਪੈਂਦੇ ਪਿੰਡ ਦਮੂਲੀਆਂ ਦੇ ਕਿਸਾਨਾਂ ਦੀਆਂ ਜ਼ਹਿਰੀਲਾ ਚਾਰਾ ਖਾਣ ਦੇ ਨਾਲ ਦੋ ਗਾਵਾਂ ਦੀ ਮੌਤ ਹੋ ਗਈ ਹੈ। ਪੀੜਤ ਕਿਸਾਨ ਜਤਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਦਮੂਲੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਡਾਲਾ ਵਿਖੇ ਭਲਾਥ ਰੋਡ ਤੇ ਪੈਂਦੀ ਪੱਕੀ ਅਨਾਜ ਮੰਡੀ ਦੇ ਨਾਲ ਹੀ ਖੇਤਾਂ ਵਿੱਚ ਡੰਗਰ ਲਈ ਛਾਰਾ ਚਾਰਾ ਬੀਜਿਆ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਭਲਾਥ ਵੱਲੋਂ ਮੰਡੀ 'ਚ ਲੱਗਾ ਘਾਹ ਸਾੜਨ ਲਈ ਸਪਰੇਅ ਕੀਤੀ ਗਈ ਅਤੇ ਉਹ ਸਪਰੇਅ ਸਾਡੇ ਵੱਲੋਂ ਬੀਜੇ ਚਾਰੇ ਦੀ ਵੀ ਕਰ ਦਿੱਤੀ ਗਈ ਹੈ, ਜਿਸ ਨਾਲ ਸਾਡੀ ਇੱਕ ਦਿਨ ਦੇ ਵਕਵੇ ਦੇ ਨਾਲ ਦੋ ਦੁਧਾਰੂ ਗਾਵਾਂ ਦੀ ਮੌਤ ਹੋ ਗਈ ਹੈ। ਕਿਸਾਨ ਜਤਿੰਦਰ ਦੇ ਪੁੱਤਰ ਤਰਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਗਾਵਾਂ ਦੀ ਹੋਈ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ, ਪਰ ਜਦੋਂ ਮੰਡੀ ਵਿੱਚ ਲੱਗੇ ਘਾਹ ਨਾਲ ਸਾਡੇ ਪੱਠੇ ਵੀ ਉੱਪਰੋਂ ਸੜ ਗਏ ਤਾਂ ਸਾਨੂੰ ਸਮਝ ਆਈ ਕਿ ਗਾਵਾਂ ਦੀ ਮੌਤ ਸਪਰੇਅ ਵਾਲੇ ਪੱਠੇ ਖਾਣ ਦੇ ਨਾਲ ਹੋਈ ਹੈ। ਉਹਨਾਂ ਸੰਬੰਧਿਤ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦ ਨਡਾਲਾ ਅਨਾਜ ਮੰਡੀ ਦੇ ਸੈਕਟਰੀ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹਰ ਸੀਜ਼ਨ 'ਤੇ ਅਸੀਂ ਮੰਡੀ 'ਚ ਸਫਾਈ ਲਈ ਸਪਰੇਅ ਕਰਾਉਂਦੇ ਹਾਂ, ਸਪਰੇਅ ਸਿਰਫ ਮੰਡੀ ਵਿੱਚ ਹੀ ਕੀਤੀ ਗਈ ਹੈ, ਨਾ ਕਿ ਕਿਸੇ ਦੇ ਖੇਤਾਂ ਦੇ ਵਿੱਚ। ਉਹਨਾਂ ਦੱਸਿਆ ਕਿ ਮੰਡੀ ਵਿੱਚ ਕੀਤੀ ਸਪਰੇਅ ਦੀ ਉਹਨਾਂ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਗਾਵਾਂ ਦੀ ਮੌਤ ਸਪਰੇਅ ਨਾਲ ਨਹੀਂ ਹੋਈ ਹੈ। ਕੀ ਨਾਂ ਅੰਕਲ ਜੀ ਆਪਣਾ? ਜਤਿੰਦਰ ਸਿੰਘ। ਕੀ ਗੱਲ ਹੋਈ? ਸਪਰੇਅ ਨਾ ਕੀਤੀ ਮੰਡੀ ਵਾਲੇ। ਕਦੋਂ ਕੀਤੀ ਇਹਨਾਂ ਨੇ? ਹੋ ਗਏ 6-7 ਦਿਨ। ਕਿੱਦਾਂ ਪਤਾ ਲੱਗਾ ਵੀ ਸਪਰੇਅ ਕੀਤੀ ਹੈ? ਜਦੋਂ ਪੱਠੇ ਸੁੱਕਣ ਲੱਗੇ ਉਦੋਂ ਪਤਾ ਲੱਗਾ। ਅਤੇ ਇਹਦੇ ਨਾਲ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ? ਇਹ ਦੋ ਗਾਈਆਂ ਮਰ ਗਈਆਂ ਨੇ, ਇੱਕ ਕੱਲ੍ਹ ਮਰੀ ਅਤੇ ਇੱਕ ਪਹਿਲਾਂ ਦੀ ਮਰੀ, ਅਸੀਂ ਖਿਆਲ ਹੀ ਨਹੀਂ ਕੀਤਾ। ਅੱਛਾ ਅੱਛਾ, ਕਿੰਨੇ ਡੰਗਰ ਤੁਹਾਡੇ? ਸਾਡੇ ਕੋਲ 15 ਡੰਗਰ। ਠੀਕ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਇਨਸਾਫ ਮੰਗਦੇ ਹਾਂ, ਇਹੀ ਕੀ ਕਹਿਣਾ। ਹਾਂਜੀ, ਨਾਮ ਤਰਨਦੀਪ ਸਿੰਘ, ਪਿੰਡ ਦਮੂਲੀਆਂ। ਅਤੇ ਆਹ ਮੰਡੀ ਬੋਰਡ ਵਾਲਿਆਂ ਸਪਰੇਅ ਕਰਾਈਏ ਅਤੇ 4-5 ਖਨਾਲਾਂ ਥਾਂ ਤੋਂ ਜ਼ਿਆਦਾ ਹੀ ਪੱਠੇ ਸਾੜਤੇ ਨੇ ਅਤੇ ਸਾਡੀਆਂ ਦੋ ਗਾਵਾਂ, ਇੱਕ ਪਹਿਲਾਂ ਮਰ ਗਈ, ਸਾਨੂੰ ਪਹਿਲਾਂ ਪਤਾ ਨਹੀਂ ਸਪਰੇਅ ਹੋਈਏ ਅਤੇ ਬਾਅਦ 'ਚ ਅਸੀਂ ਫਿਰ ਖੜ੍ਹੇ, ਉਦੋਂ ਪਤਾ ਨਹੀਂ ਬਾਹਰ ਪੱਠੇ ਸੁੱਕ ਲੱਗੇ, ਸਾਨੂੰ ਪਤਾ ਲੱਗਾ ਕਿ ਉਹਦੇ ਨਾਲ ਇੱਕ ਗਾਂ ਬਾਅਦ ਫਿਰ ਇੱਕ ਮਰ ਗਈ ਹੈ ਅਤੇ ਸਾਨੂੰ ਇਹ ਇਨਸਾਫ ਚਾਹੀਦਾ। ਪੱਠੇ ਇਹਨਾਂ ਘੱਟੋ ਘੱਟ ਕਾਫੀ ਵਿਜਾੜਤੇ ਨੇ, ਇਹੋ ਹੀ ਪੱਠੇ ਅੱਜ ਕੱਲ੍ਹ ਦੇ ਪੱਠੇ ਲੱਭਣੇ ਨਹੀਂ ਕਿਤੋਂ ਜੀ, ਅਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਇਹਨਾਂ ਦੇ ਐਕਸ਼ਨ ਲਿਆ ਜਾਏ ਅਤੇ ਸਾਨੂੰ ਇਨਸਾਫ ਦਿੱਤਾ ਜਾਏ। ਇਸ ਸੰਬੰਧੀ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਕੋਈ ਕੰਪਲੇਂਟ ਕੀਤੀ? ਨਹੀਂ ਜੀ, ਹਜੇ ਤੱਕ ਨਹੀਂ ਕੀਤੀ ਅਤੇ ਹੁਣ ਅਸੀਂ ਅੱਜ ਕਰਾਂਗੇ, ਭਲਾਥ ਜਾ ਕੇ ਕਰਾਂਗੇ। ਠੀਕ ਹੈ।